ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਮੈਂ ਠੀਕ ਹਾਂ ਜੀ। ਉਮੀਦ ਹੈ ਜੀ ਤੁਸੀਂ ਵੀ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ ਅਤੇ ਆਪਣੇ ਆਪਣੇ ਘਰਾਂ ਵਿੱਚ ਹੋਵੋਗੇ ਤੰਦਰੁਸਤ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ। ਲਓ ਜੀ, ਅੱਜ ਦਾ ਬਲੌਗ ਹੈ ਜਿਹੜੇ ਤੁਹਾਡੇ ਕੁਛ ਸਵਾਲ ਨੇ ਉਹਨਾਂ ਦੇ ਆਪਾਂ ਜਵਾਬ ਦੇਵਾਂਗੇ, ਕਿਉਂਕਿ ਫਿਰ ਮੈਨੂੰ ਕਾਫ਼ੀ ਦਿਨਾਂ ਤੋਂ ਇਹ ਹੋਇਆ ਪਿਆ ਸੀ ਵੀ ਤੁਸੀਂ ਕਹੋਗੇ ਹੈ ਨਾ ਵੀ ਦੀਦੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਵੀ ਕਿਉਂ, ਹੈ ਨਾ, ਪਰ ਟਾਈਮ ਹੀ ਨਹੀਂ ਮਿਲਦਾ ਸੀਗਾ। ਅੱਜ ਮੈਂ ਕਿਹਾ ਨਹੀਂ ਵੀ ਚਲੋ ਤੁਹਾਡੇ ਪਹਿਲਾਂ ਸਵਾਲਾਂ ਦੇ ਜਵਾਬ ਦੇਣੇ ਨੇ, ਇੱਥੇ ਗਰਮੀ ਬਹੁਤ ਜ਼ਿਆਦਾ ਹੋਈ ਪਈ। ਪਹਿਲਾਂ ਸੀਗਾ ਕਾਫ਼ੀ ਦਿਨਾਂ ਤੋਂ ਦੋ ਕਮੈਂਟ ਆ ਰਹੇ ਸੀਗੇ ਮੈਨੂੰ, ਇੱਕ ਤਾਂ ਕਾਫ਼ੀ ਟਾਈਮ ਪਹਿਲਾਂ ਤੋਂ ਆ ਰਿਹਾ ਸੀ, ਉਹਨਾਂ ਨੇ ਤਾਂ ਸ਼ਾਇਦ ਹੁਣ ਬੇਟੀ ਨੇ ਬੰਦ ਹੀ ਨਹੀਂ ਕਰਤੇ ਕਮੈਂਟ ਕਰਨੇ ਵੀ, ਆਂਟੀ ਨਹੀਂ ਸੁਣਦੀ, ਹੈ ਨਾ, ਕਿਉਂਕਿ ਦੇਖੋ ਟਾਈਮ ਹੀ ਨਹੀਂ ਲੱਗਦਾ ਹੈਗਾ। ਕਈ ਵਾਰ ਇਹ ਹੋ ਜਾਂਦਾ ਵੀਡੀਓ ਤਿਆਰ ਹੁੰਦਾ ਉਸ ਦਿਨ ਭੁੱਲ ਜਾਂਦੇ, ਫਿਰ ਕਈ ਦਿਨਾਂ ਬਾਅਦ ਤਾਂ ਦੇਖੋ ਘੋਲ ਹੋ ਜਾਂਦੇ, ਭੁੱਲ ਵੀ ਜਾਂਦੇ, ਜਿਵੇਂ ਤੁਹਾਨੂੰ ਪਤਾ ਹੀ ਕਿੰਨੇ ਕੁ ਕੰਮ ਕਾਰ ਹੁੰਦੇ ਨੇ ਘਰਾਂ ਦੇ ਵਿੱਚ, ਹੈ ਨਾ। ਅਤੇ ਕਮੈਂਟ ਸੀਗਾ ਵੀ ਵੀਡੀਓ ਜਿਹੜੀ ਥੰਬਨੇਲ ਕਿਸ ਤਰ੍ਹਾਂ ਬਣਾਉਂਦੇ ਹੋ, ਹੈ ਨਾ, ਵੀਡੀਓ 'ਤੇ ਜਿਹੜਾ ਆਪਾਂ ਲਾਉਣੇ ਥੰਬਨੇਲ ਕਿਸ ਤਰ੍ਹਾਂ। ਥੰਬਨੇਲ ਬਹੁਤ ਜ਼ਰੂਰੀ ਹੁੰਦਾ ਬਣਾਉਣਾ, ਹੈ ਨਾ, ਥੰਬਨੇਲ ਤੋਂ ਬਿਨਾਂ ਤਾਂ ਦੇਖੋ ਵੀਡੀਓ ਚੱਲਦੀ ਨਹੀਂ ਹੈਗੀ। ਥੰਬਨੇਲ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ। ਚਲੋ ਜੀ, ਅੱਜ ਆਪਾਂ ਪਹਿਲੇ ਤਾਂ ਤੁਹਾਡੇ ਸਵਾਲਾਂ ਜਵਾਬ ਦਿੰਦੇ, ਪਹਿਲਾਂ ਆਪਾਂ ਥੰਬਨੇਲ ਬਣਾਉਣਾ ਤੁਹਾਨੂੰ ਦੱਸਾਂਗੇ ਪਿਕਸ ਆਰਟ 'ਤੇ। ਇਹਨੂੰ ਆਪਾਂ ਪਿਕਸ ਲੈਬ 'ਤੇ ਵੀ, ਕਾਫ਼ੀ ਲੈਬ ਨੇ ਜਿਹੜੀਆਂ ਪਿਕਸ ਲੈਬ ਆ, ਪਿਕਸ ਆਰਟ ਆ, ਹੋਰ ਵੀ ਕਾਫ਼ੀ ਐਪ ਨੇਗੀਆਂ ਜਿਹੜੀਆਂ 'ਤੇ ਆਪਾਂ ਇਹਨਾਂ ਨੂੰ ਜਿਹੜੀ ਥੰਬਨੇਲ ਆਪਾਂ ਬਣਾ ਸਕਦੇ ਹਾਂ। ਅੱਜ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਥੰਬਨੇਲ ਬਣਾਉਣਾ, ਉਹ ਮੈਂ ਪਿਕਸ ਆਰਟ 'ਤੇ ਬਣਾਉਂ, ਜ਼ਿਆਦਾਤਰ ਮੈਂ ਪਿਕਸ ਆਰਟ 'ਤੇ ਬਣਾਉਣੀ ਆ ਥੰਬਨੇਲ ਵਾਲਾ, ਜਿਹੜਾ ਪਿਕਸ ਲੈਬ 'ਤੇ ਬਹੁਤ ਘੱਟ ਬਣਾਉਣੀ ਆ, ਜ਼ਿਆਦਾਤਰ ਮੈਂ ਪਿਕਸ ਆਰਟ 'ਤੇ ਬਣਾਉਣੀ ਆ। ਚਲੋ ਜੀ, ਪਹਿਲਾਂ ਤਾਂ ਆਪਾਂ ਅੱਜ ਦੇਖ ਲੈਂਦੇ ਹਾਂ ਵੀ ਪਿਕਸ ਆਰਟ 'ਤੇ ਕਿਸ ਤਰ੍ਹਾਂ ਮੈਂ ਥੰਬਨੇਲ ਬਣਾਉਣੀ ਆ, ਕਿਸ ਤਰ੍ਹਾਂ ਮੈਂ ਟਾਈਟਲ ਉੱਪਰ ਜਿਹੜਾ ਥੰਬਨੇਲ 'ਤੇ ਲਿਖਦੀ ਹਾਂ, ਹੈ ਨਾ। ਟਾਈਟਲ ਦਾ ਤਾਂ ਦੇਖੋ ਆਪਣੇ ਆਪ ਲਿਖਣਾ ਆਪਾਂ, ਨਾ, ਜੋ ਵੀ ਆਪਣੇ ਜਿਸ ਤਰ੍ਹਾਂ ਦਾ ਆਪਣਾ ਵੀਡੀਓ ਹੋਊਗਾ ਉਹ ਉਸ ਤਰ੍ਹਾਂ ਟਾਈਟਲ ਲਿਖਿਆ ਜਾਊਗਾ, ਹੈ ਨਾ। ਬਾਕੀ ਐਡਿਟ ਬਾਰੇ ਪੁੱਛਿਆ ਸੀ, ਸੋਰੀ, ਐਡਿਟ ਦੇ ਜਿਹੜੀ ਤੁਸੀਂ ਵੀਡੀਓ ਦੇਖਣੀ ਆ, ਐਡਿਟ ਦੀ ਵੀਡੀਓ ਮੇਰੇ ਚੈਨਲ 'ਤੇ ਹੈਗੀ ਆ, ਜਿਹੜੀ ਮੇਰੀ ਛਾਈਆਂ ਵਾਲੀ ਵੀਡੀਓ ਹੈਗੀ, ਮੇਰੀ ਛਾਈਆਂ ਕਿਸ ਤਰ੍ਹਾਂ ਠੀਕ ਹੋਈਆਂ ਉਹਦੇ ਵਿੱਚ ਐਡਿਟ ਵਗੈਰਾ ਵੀ ਸ਼ਾਇਦ ਮੈਂ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਵੀਡੀਓ ਐਡਿਟ ਕਰਦੇ ਆ, ਹੈ ਨਾ, ਹੈਗੀ ਆ ਵੀਡੀਓ ਮੇਰੇ ਚੈਨਲ 'ਤੇ, ਤੁਸੀਂ ਦੇਖ ਸਕਦੇ ਹੋ। ਕਿਉਂਕਿ ਫੋਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਜੀ, ਇੱਕ ਫੋਨ ਹੀ ਮੇਰੇ ਕੋਲ, ਬੱਚੇ ਕਈ ਵਾਰ ਘਰ ਨਹੀਂ ਹੁੰਦੇ, ਹੈ ਨਾ, ਜਦੋਂ ਤੁਹਾਡਾ ਕਮੈਂਟ ਆਉਂਦਾ ਜਾਂ ਫਿਰ ਉਹ ਹੋ ਜਾਂਦਾ ਵੀ ਮੈਂ ਭੁੱਲ ਜਾਂਦੀ ਹਾਂ। ਆ ਹੁਣ ਵੀ ਮੈਂ ਗਵਾਂਢੀਆਂ ਦਾ ਫੋਨ ਫੜ ਕੇ ਲੈ ਕੇ ਆਈ ਸੀ ਤਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਪਿਕਸ ਆਰਟ 'ਤੇ ਮੈਂ ਕਿਸ ਤਰ੍ਹਾਂ ਥੰਬਨੇਲ ਬਣਾਉਣੀ ਆ। ਅਤੇ ਦੂਸਰਾ ਸੀਗਾ ਕੁਐਸਚਨ ਇੱਕ ਭੈਣ ਦਾ, ਉਹ ਸੀਗਾ ਗਰੈਂਡਰ ਬਾਰੇ, ਛੋਟੇ ਗਰੈਂਡਰ ਬਾਰੇ। ਛੋਟਾ ਗਰੈਂਡਰ ਜਿਹੜਾ ਉਹ ਮੈਂ ਲਿਆ ਸੀਗਾ ਮੀਸ਼ੋ ਤੋਂ, ਵੈਸੇ ਕਾਫ਼ੀ ਉਹਦੇ ਰਿਵਿਊ ਵੀ ਮੈਂ ਦੇ ਚੁੱਕੀ ਹਾਂ, ਉਹ ਵੀ ਮੇਰੇ ਚੈਨਲ 'ਤੇ ਹੈਗੇ ਆ, ਤੁਸੀਂ ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਗਰੈਂਡਰ ਦਾ ਰਿਵਿਊ ਵੀ, ਉਹ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ। ਬਾਕੀ ਜਿਹੜਾ ਗਰੈਂਡਰ ਸੀ ਇਹ ਸ਼ਾਇਦ ਮੈਨੂੰ 550 ਰੁਪਏ ਦਾ ਪਿਆ ਹੋਊਗਾ, ਪੱਕਾ ਮੇਰੇ ਯਾਦ ਨਹੀਂ, ਅਤੇ ਹਾਂਜੀ ਇੰਨੇ ਕੁ ਦਾ ਹੀ ਸੀਗਾ। ਬਾਕੀ ਬਹੁਤ ਵਧੀਆ, ਇਹਦੇ ਨਾਲ ਤੁਸੀਂ ਖੜ੍ਹੇ ਮਸਾਲੇ ਹੋ ਗਏ ਜਿਵੇਂ ਟਮਾਟਰ ਦਾ ਪੇਸਟ, ਲਸਣ ਦਾ ਪੇਸਟ, ਅਦਰਕ, ਹਰੀ ਮਿਰਚ, ਲਸਣ, ਕੋਈ ਵੀ ਇਹਦੇ ਨਾਲ ਫਾਈਨ ਜਿਹੜਾ ਪੇਸਟ ਬਹੁਤ ਵਧੀਆ ਬਣਦਾ, ਅਤੇ ਇਹਦਾ ਰਿਵਿਊ ਮੈਂ ਇਹਨੂੰ ਆਪਾਂ ਥੰਬਜ਼ਅਪ ਦੇਵਾਂਗੇ, ਬਹੁਤ ਜ਼ਿਆਦਾ ਜਿਹੜਾ ਇਹ ਵਧੀਆ ਗਾ, ਕਿਉਂਕਿ ਬਹੁਤ ਜ਼ਿਆਦਾ ਮੇਰੇ ਕੰਮ ਆ ਰਿਹਾ ਗਾ ਇਹ। ਜਿਵੇਂ ਖੜ੍ਹੇ ਮਸਾਲੇ ਹੋ ਗਏ, ਉਹ ਵੀ ਕਾਲੀ ਮਿਰਚ, ਲੌਂਗ, ਇਲਾਇਚੀ, ਜੋ ਵੀ ਮਸਾਲੇ ਤੁਸੀਂ ਪੀਸਣਾ ਚਾਹੁੰਦੇ ਹੋ ਨਾ ਉਹ ਵੀ ਪੀਸ ਸਕਦੇ, ਇਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਫਾਈਨ ਪਾਊਡਰ ਬਣ ਜਾਂਦਾ। ਤੀਸਰਾ, ਜਿਵੇਂ ਕਿ ਆਪਾਂ ਕੋਈ ਵੀ ਡਰਾਈ ਫਰੂਟ ਪੀਸਣੇ ਨੇ ਉਹ ਵੀ ਪੀਸੇ ਜਾਂਦੇ, ਕੁਛ ਵੀ, ਮਤਲਬ ਇਹ ਸਾਰੇ ਕੰਮ ਆਉਂਦਾ ਬਹੁਤ ਵਧੀਆ, ਜਿਹੜਾ ਕੋਈ ਵੀ ਚੀਜ਼ ਆਪਾਂ ਇਹਦੇ ਨਾਲ ਪੀਸ ਸਕਦੇ ਹਾਂ, ਫਾਈਨ ਪਾਊਡਰ, ਫਾਈਨ ਪੇਸਟ ਜਿਹੜਾ ਬਣਾ ਸਕਦੇ ਹਾਂ। ਇਹਨੂੰ ਮੈਂ ਥੰਬਜ਼ਅਪ ਦਊਂਗੀ, ਬਹੁਤ ਵਧੀਆ ਇਹ ਮੰਗਵਾਉਣਾ, ਤੁਸੀਂ ਮੰਗਵਾ ਸਕਦੇ ਹੋ। ਵੈਸੇ ਲਿੰਕ ਇੱਕ ਵੀਡੀਓ ਦੇ ਵਿੱਚ ਸ਼ਾਇਦ ਦਿੱਤਾ ਵੀ ਹੋਇਆ, ਜੇ ਕਿਸੇ ਨੂੰ ਹੋਰ ਮੇਰੇ ਭੈਣ ਭਰਾ ਨੂੰ, ਹੈ ਨਾ, ਲਿੰਕ ਭੈਣਾਂ ਨੂੰ ਜ਼ਿਆਦਾ ਹੁੰਦੀ, ਭਰਾਵਾਂ ਤੱਕ ਚਲੋ ਨਹੀਂ ਹੁੰਦਾ, ਹੈ ਨਾ, ਅਤੇ ਲਿੰਕ ਕਹੋਗੇ ਤਾਂ ਤੁਸੀਂ ਮੈਂ ਤੁਹਾਨੂੰ ਉੱਥੇ, ਹੈ ਨਾ, ਤੁਹਾਡੇ ਮਤਲਬ ਕਿ ਰਿਪਲਾਈ ਦੇ ਵਿੱਚ ਹੀ ਤੁਹਾਨੂੰ ਲਿੰਕ ਵੀ ਦੇ ਦੂੰਗੀ। ਇਹ ਵੀ ਹੋ ਗਿਆ ਜੀ ਸਵਾਲਾਂ ਦੇ ਨਾਲ। ਥੋੜ੍ਹਾ ਇੱਕ ਹੋ ਗਿਆ ਜੀ, ਇੱਕ ਭੈਣ ਦਾ ਕਮੈਂਟ ਸੀਗਾ, ਦੋ ਦੇ ਸੀਗੇ ਉਹਨਾਂ ਨੇ ਪੁੱਛਿਆ ਸੀ ਵੀ ਜਿਹੜੇ ਗੋਲ ਗਮਲੇ ਪੁੱਛਿਆ ਸੀ ਇੱਕ ਭੈਣ ਨੇ, ਮੇਰੇ ਮਹਿੰਗੇ ਨਹੀਂ ਹੈਗੇ ਜ਼ਿਆਦਾ, ਗਮਲੇ ਵੀ ਜ਼ਿਆਦਾ ਕੋਸਟਲੀ ਨੇ, ਬਿਲਕੁਲ ਲੋ ਪ੍ਰਾਈਜ਼ਡ ਹੁੰਦੇ ਨੇ ਜੋ ਵੀ ਮੈਂ ਲੈ ਕੇ ਆਉਂਦੀ ਹਾਂ,
ਕਿਉਂਕਿ ਦੇਖੋ ਜਿੰਨਾ ਕੁ ਆਪਣਾ ਬਜਟ ਹੁੰਦਾ ਹੈ ਨਾ, ਉਸ ਹਿਸਾਬ ਨਾਲ ਮੈਂ ਚੀਜ਼ ਲੈਂਦੀ ਹਾਂ। ਇਹ ਜਿਹੜੇ ਮੇਰੇ ਵਾਈਟ ਪੋਟ ਨੇਗੇ ਹੈ ਨਾ, ਉਹ ਸਿਰਫ 100 ਰੁਪਏ ਦਾ ਇੱਕ ਆਇਆ ਹੋਇਆ ਗਾ, ਹੈ ਨਾ, ਜ਼ਿਆਦਾ ਕੋਸਟਲੀ ਨਹੀਂ ਹੈਗੇ ਵੀ ਤੁਸੀਂ ਕਹੋ ਪਤਾ ਨਹੀਂ 400-500 ਦਾ ਹੋਊਗਾ, 200 ਦਾ, 250 ਦਾ, ਨਹੀਂ ਜੀ, ਸਿਰਫ 100 ਰੁਪਏ ਦਾ। ਜਿਹੜਾ ਮਿੱਟੀ ਦਾ ਗੋਲ ਪੋਟ ਆ ਉਹ 100 ਰੁਪਏ ਦਾ, ਪਤਾ ਨਹੀਂ 200 ਦਾ ਮੇਰੇ ਜੀ ਕੁਛ, ਉਹਦਾ ਮੈਨੂੰ ਪੱਕਾ ਪਤਾ ਨਹੀਂ ਹੈਗਾ ਕਿਉਂਕਿ ਉਹ ਕਾਫੀ ਟਾਈਮ ਪਹਿਲਾਂ ਖਰੀਦਿਆ ਸੀ ਮੈਂ, ਕਾਫੀ ਸਾਲ ਹੋ ਗਏ ਉਹਨੂੰ ਖਰੀਦੇ ਨੂੰ। ਚਲੋ ਜੀ, ਇਹ ਵੀ ਜਵਾਬ ਹੋ ਗਿਆ। ਤੇ ਹੋਰ ਮੇਰੇ ਹੁਣ ਯਾਦ ਨਹੀਂ ਹੈਗਾ ਕੀ ਕੁਐਸਚਨ ਸੀ ਕੀ ਭੈਣਾਂ ਦੇ, ਹੈ ਨਾ, ਤੇ ਭੁੱਲ ਵੀ ਜਾਂਦੇ ਆ। ਹਾਂਜੀ, ਇੱਕ ਆਪਾਂ ਨਾਮ ਲੈਣਾ ਗਾ ਅੱਜ ਭੈਣ ਦਾ, ਇੱਕ ਭੈਣ ਧੂਰੀ ਕੋਲ ਭੁੱਲਰ ਹੇੜੀ ਪਿੰਡ ਆ ਉਹਨਾਂ ਦਾ, ਧੂਰੀ ਦੇ ਨਾਲ ਅੱਗੇ ਹੈਗਾ ਭੁੱਲਰ ਹੇੜੀ, ਉਹਨਾਂ ਦਾ ਚੈਨਲ ਹੈਗਾ ਕੇ ਕੁਲਵੰਤ ਸਿਰਹਾ ਪਤਾ ਨਹੀਂ ਸਿਰਹਾ ਐਵੇਂ ਜੀ ਉਹਨਾਂ ਦਾ ਨਾਮ ਚੈਨਲ ਦਾ, ਹੈ ਨਾ, ਤੇ ਉਹ ਸ਼ਾਰਟ ਵੀਡੀਓ ਬਣਾਉਂਦੇ ਨੇ। ਤੁਸੀਂ ਵੱਧ ਤੋਂ ਵੱਧ ਉਹ ਭੈਣ ਨੂੰ ਵੀ ਸਪੋਰਟ ਕਰਿਓ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਗਈ, ਹੈ ਨਾ, ਤੁਹਾਡੇ ਸਪੋਰਟ ਦੀ। ਅਤੇ ਉਹਨਾਂ ਦੇ ਚੈਨਲ 'ਤੇ ਜਾਓ, ਵਿਜ਼ਿਟ ਕਰੋ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਠੀਕ ਆ ਜੀ। ਇੱਕ ਹੈਗੇ ਨੇ ਭੈਣ ਸਰਨ ਬਲੌਗ, ਉਹ ਆਪਣੇ ਵੀਡੀਓ 'ਤੇ ਵੀ ਕਮੈਂਟ ਕਰਦੇ ਨੇ, ਉਹਨਾਂ ਨੂੰ ਵੀ ਸਪੋਰਟ ਕਰਿਓ, ਹੈ ਨਾ। ਅਤੇ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ ਪਰ ਉਹਨਾਂ ਨੇ ਮੈਨੂੰ ਨਹੀਂ ਕਿਹਾ ਸੀ ਬੋਲਣ ਨੂੰ। ਬਾਕੀ ਕੋਈ ਨਹੀਂ, ਦੱਸਿਓ ਤੁਸੀਂ ਕੱਲ੍ਹ ਵਾਲੇ ਬਲੌਗ ਦੇ ਵਿੱਚ, ਅੱਜ ਦਾ ਬਲੌਗ ਫਿਰ ਕਾਫੀ ਜਿਹੜਾ ਲੰਬਾ ਹੋ ਜੂਗਾ, ਤਾਂ ਕਰਕੇ ਮੈਂ ਬਸ ਅੱਜ ਜਿੰਨੇ ਕੁ ਮੈਨੂੰ ਹੋਣਗੇ ਉਨੇ ਆਪਾਂ ਚਲੋ ਬੋਲਤਾ। ਬਾਕੀ ਕੱਲ੍ਹ ਵਾਲੇ ਬਲੌਗ ਦੇ ਵਿੱਚ ਜਿਹੜੀਆਂ ਭੈਣਾਂ ਕਹਿੰਦੀਆਂ ਨੇ, ਸੋਹਣਾ ਤੁਸੀਂ ਕਹਿੰਦੇ ਹੋ ਮਤਲਬ ਵੀ ਸਾਡਾ ਨਾਮ ਬੋਲਿਓ ਜਾਂ ਸਾਡੇ ਚੈਨਲ ਬਾਰੇ, ਹੈ ਨਾ, ਤਾਂ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਕੁਛ, ਕਿਉਂਕਿ ਇਸ ਤਰ੍ਹਾਂ ਨਾਮ ਜਿਹੜੇ ਹੋ ਜਾਂਦੇ ਨੇ ਉਹ ਮੇਰੇ ਨਹੀਂ ਯਾਦ ਰਹਿੰਦੇ, ਫਿਰ ਨਾ ਮੈਂ ਸਾਰੇ ਲਿਖ ਲੂੰਗੀ, ਲਿਖ ਕੇ ਫਿਰ ਤੁਹਾਡੇ ਸਾਰਿਆਂ ਦੀ ਇੱਕ ਵੀਡੀਓ ਦੇ ਵਿੱਚ ਨਾਮ ਲੈ ਦੂੰਗੀ ਮੈਂ, ਠੀਕ ਆ ਜੀ। ਕਿਉਂਕਿ ਇਸ ਤਰ੍ਹਾਂ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਣਾ, ਤਾਂ ਕਰਕੇ ਛੱਡੇ ਹੋਏ ਨੇ ਹੁਣ ਮੈਂ ਨਾਮ ਲੈਣੇ, ਫਿਰ ਵੀਡੀਓ ਜਿਹੜੇ ਆਪਾਂ ਟੋਪਿਕ 'ਤੇ ਵੀਡੀਓ ਬਣਾਉਂਦੇ ਉਹ ਵਿੱਚ ਬੋਲਿਆ ਨਹੀਂ ਜਾਂਦਾ ਜੀ, ਤਾਂ ਕਰਕੇ ਥੋੜ੍ਹਾ ਜਿਹਾ ਮੈਂ ਘਟਾਇਆ ਹੋਇਆ। ਬਾਕੀ ਕੋਈ ਗੱਲ ਨਹੀਂ ਜੀ, ਤੁਸੀਂ ਜੇ ਕਿਸੇ ਨੇ ਵੀ ਆਪਣੇ ਮੇਰੇ ਵੀਡੀਓ ਦੇ ਵਿੱਚ ਆਪਣੇ ਨਾਮ ਤੁਸੀਂ ਕਹਿੰਦੇ ਹੋ ਵੀ ਲਵਾਂ ਮੈਂ, ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਡਿਟੇਲ ਦੇ ਵਿੱਚ ਲਿਖਿਓ ਕਿਹੜਾ ਤੁਹਾਡਾ ਪਿੰਡ ਆ, ਹੈ ਨਾ, ਕਿੱਥੋਂ ਤੁਸੀਂ ਬਲੌਗਿੰਗ ਕਰਦੇ ਹੋ, ਜਾਂ ਉੱਦਾਂ ਹੀ ਕਿਸੇ ਨੇ ਨਾਮ ਜਾਂ ਜਨਮ ਦਿਨ ਆ ਕਿਸੇ ਭੈਣ ਭਰਾ ਦਾ ਜਾਂ ਬੱਚੇ ਦਾ ਜਾਂ ਮੈਰਿਜ ਐਨਵਰਸਰੀ, ਉਹ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰ ਸਕਦੇ, ਮੈਂ ਜ਼ਰੂਰ ਬੋਲਾਂਗੀ। ਬਾਕੀ ਚਲੋ ਜੀ, ਹੁਣ ਆਪਾਂ ਦੇਖ ਲੈਂਦੇ ਹਾਂ ਹੋਰ ਕੁਐਸਚਨ, ਮੈਂ ਚੈੱਕ ਕਰਦੀ ਹਾਂ ਕਿਹੜੇ ਕਿਹੜੇ ਨੇ ਹਜੇ। ਲਓ ਜੀ, ਸਭ ਤੋਂ ਪਹਿਲਾਂ ਤੁਹਾਨੂੰ ਆ ਪਲੇ ਸਟੋਰ ਦੇ ਵਿੱਚ ਜਾ ਕੇ ਪਿਕਸਆਰਟ ਡਾਊਨਲੋਡ ਕਰਨਾ ਪਊ, ਮੇਰੇ ਕੋਲ ਪਹਿਲਾਂ ਹੀ ਕੀਤਾ ਹੋਇਆ ਆ ਸੀਗਾ, ਇਹ ਹੈਗਾ ਪਿਕਸਆਰਟ, ਇਹਨੂੰ ਆਪਾਂ ਓਕੇ ਕਰਦੇ ਹਾਂ। ਓਕੇ ਕਰਨ ਦੇ ਨਾਲ ਹੀ ਜਦੋਂ ਇਹ ਓਪਨ ਹੋ ਗਿਆ ਤਾਂ ਇੱਥੇ ਆ ਦੇਖੋ, ਪਹਿਲਾਂ ਮੇਰੀ ਵੀਡੀਓ ਕੀਤੀ ਹੋਈ ਆ, ਇਹਨੂੰ ਆਪਾਂ ਕਰ ਦਿੰਦੇ ਹਾਂ ਕੈਂਸਲ, ਅਤੇ ਉਸ ਤੋਂ ਬਾਅਦ ਇੱਥੇ ਇੱਕ ਆਊਗਾ ਨੀਚੇ ਇੱਦਾਂ ਕਰਕੇ ਪਲੱਸ ਦਾ ਨਿਸ਼ਾਨ, ਆ ਦੇਖੋ ਆ ਗਿਆ ਪਲੱਸ ਦਾ ਨਿਸ਼ਾਨ, ਪਲੱਸ 'ਤੇ ਤੁਸੀਂ ਕਲਿੱਕ ਕਰਨਾ। ਕਲਿੱਕ ਕਰਕੇ ਉਸ ਤੋਂ ਬਾਅਦ ਇੱਥੇ ਦੋ ਆਪਸ਼ਨਾਂ ਹੁੰਦੀਆਂ ਨੇਗੀਆਂ, ਇੱਕ ਆਉਂਦਾ ਮੇਕੇ ਕਲੋਜ਼, ਇੱਕ ਆਉਂਦਾ ਹੁੰਦਾ ਬੈਕਗਰਾਊਂਡ। ਮੈਂ ਜਿਹੜਾ ਬੈਕਗਰਾਊਂਡ ਵੀ ਲੈ ਲੈਂਦੀ ਹਾਂ, ਪਹਿਲਾਂ ਤੁਹਾਨੂੰ ਬੈਕਗਰਾਊਂਡ ਵਾਲਾ ਜ਼ਿਆਦਾਤਰ ਜਿਹੜਾ ਮੇਰਾ, ਮੈਂ ਬੈਕਗਰਾਊਂਡ ਲੈਂਦੀ ਹਾਂ। ਇਹਦੇ ਵਿੱਚ ਕਲਰ ਆਪਸ਼ਨ ਹੁੰਦੇ ਨੇ, ਇਹਦੇ ਵਿੱਚ ਤੁਸੀਂ ਕੋਈ ਵੀ ਕਲਰ ਲੈ ਲਿਓ ਜਿਹੜਾ ਤੁਹਾਨੂੰ ਠੀਕ ਲੱਗਦਾ, ਮੈਂ ਲੈਂਦੀ ਹੁੰਦੀ ਹੈਗੀ ਰੈੱਡ ਕਲਰ। ਉਸ ਤੋਂ ਬਾਅਦ ਰੈੱਡ 'ਤੇ ਆਪਾਂ ਇਹਨੂੰ ਓਕੇ ਕਰ ਲਿਆ, ਇੱਥੇ ਤੁਹਾਡਾ ਜਿਹੜਾ ਬੈਕਗਰਾਊਂਡ ਲੱਗ ਜੂਗਾ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਇੱਥੇ ਆਪਸ਼ਨ ਹੁੰਦੀ ਨੇ ਨੀਚੇ ਐਡਿਟ ਫੋਟੋ, ਐਡਿਟ ਫੋਟੋ 'ਤੇ ਆਪਾਂ ਕਲਿੱਕ ਕਰਾਂਗੇ। ਉਸ ਤੋਂ ਬਾਅਦ ਇੱਥੇ ਤੁਹਾਡੀ ਗੈਲਰੀ ਹੈ ਜਿਹੜੀ ਓਪਨ ਹੋ ਜੂਗੀ। ਉਸ ਤੋਂ ਬਾਅਦ ਇੱਥੇ ਤੁਸੀਂ ਕੋਈ ਵੀ ਇੱਕ ਫੋਟੋ ਲੈਣੀ ਹੈ ਇੱਕ ਲੈ ਲਓ, ਦੋ ਲੈਣੀਆਂ ਨੇ ਦੋ ਲੈ ਲਓ, ਜਿਵੇਂ ਕਿ ਮੈਂ ਆਹ ਲੈਂਦੀ ਹਾਂ ਇੱਕ, ਇਸ ਤਰ੍ਹਾਂ ਇਹਨੂੰ ਆਪਾਂ ਇੱਥੇ ਕਰ ਲਾਂਗੇ ਸੈੱਟ। ਇਹਦੇ ਵਿੱਚ ਆਪਸ਼ਨ ਹੁੰਦੇ ਨੇ ਵੀ ਤੁਸੀਂ ਮਤਲਬ ਕਿ ਉਹ ਕਰ ਸਕਦੇ ਹੋ ਯੂਟਿਊਬ ਦਾ ਥੰਬਨੇਲ ਬਣਾਉਣਾ, ਹੈ ਨਾ, ਪਰ ਮੈਨੂੰ ਆਦਤ ਪੈ ਗਈ ਮੈਂ ਨਹੀਂ ਬਣਾਉਂਦੀ, ਬਸ ਮੈਂ ਇਸੇ ਤਰ੍ਹਾਂ ਹੀ ਦੇਖ ਲੈਂਦੀ ਹਾਂ। ਆਹ ਮੇਰਾ ਸਾਈਜ਼ ਆ ਜਿਹੜਾ ਇਸ ਤਰ੍ਹਾਂ,
ਪਰਫੈਕਟ ਆ ਜਾਂਦਾ, ਮੈਂ ਇਸੇ ਤਰ੍ਹਾਂ ਹੀ ਬਣਾਉਣੀ ਆ। ਥੋੜ੍ਹੀ ਬਹੁਤੀ ਘੱਟ ਵੱਧ ਹੁੰਦੀ ਤਾਂ ਆਪਾਂ ਇੱਦਾਂ ਉੱਦਾਂ ਕਰ ਲੈਂਦੇ ਹਾਂ ਮਾੜਾ ਮੋਟਾ, ਹੈ ਨਾ। ਉਸ ਤੋਂ ਬਾਅਦ ਇਹਨੂੰ ਆਪਾਂ ਕੀ ਕਰਨਾ, ਇੱਥੇ ਆਪਾਂ ਇਹਨੂੰ ਓਕੇ ਕਰ ਦੇਣਾ। ਓਕੇ ਹੋ ਗਿਆ। ਉਸ ਤੋਂ ਬਾਅਦ ਆਪਾਂ ਨੇ ਇੱਥੇ ਆ ਟੈਕਸ ਇੱਥੇ ਲਿਖਣਾ, ਆਹ ਸੀਗਾ ਆਹ ਵਾਲਾ, ਇਹ ਉਹ ਹੋ ਗਿਆ। ਇੱਥੇ ਆਪਣਾ ਜੋ ਵੀ ਤੁਸੀਂ ਲਿਖਣਾ ਉਹ ਲਿਖ ਸਕਦੇ ਹੋ, ਜਿਵੇਂ ਮੈਂ ਲਿਖਣਾ ਗਾ ਰੂਟੀਨ ਬਲੌਗ, ਬਲੌਗ ਵਾਧੂ ਪੈ ਗਿਆ, ਆਪਾਂ ਕੱਟ ਦਿੰਦੇ ਕੋਈ ਨਹੀਂ। ਇੱਥੇ ਲਿਖ ਲਿਆ ਆਪਾਂ ਰੂਟੀਨ ਬਲੌਗ ਆ ਗਿਆ, ਇਹਨੂੰ ਆਪਾਂ ਫਿਰ ਓਕੇ ਕਰ ਦੇਣਾ। ਓਕੇ ਕਰਕੇ ਇੱਥੇ ਇਹਨੂੰ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਤਾਂ ਇਹ ਛੋਟਾ ਹੋ ਜੂ, ਇਸ ਤਰ੍ਹਾਂ ਆਪਾਂ ਇਹਨੂੰ ਕਰ ਸਕਦੇ ਹਾਂ ਸੈੱਟ। ਉਸ ਤੋਂ ਬਾਅਦ ਇੱਥੇ ਫਿਰ ਕਲਰ ਆਪਸ਼ਨ ਆ ਜਾਂਦੇ ਨੇਗੇ, ਆਹ ਦੇਖੋ ਇੱਥੇ ਆਪਾਂ ਨੀਚੇ ਤੁਹਾਨੂੰ ਕਲਰ ਦਿਖਦਾ ਹੋਊ, ਇੱਥੇ ਕਲਰ 'ਤੇ ਕਰ ਦਾਂਗੇ ਜੋ ਵੀ ਤੁਸੀਂ ਇਹਦੇ ਉੱਤੇ ਕਲਰ ਕਰਨਾ ਚਾਹੁੰਦੇ ਹੋ। ਜਿਵੇਂ ਆਹ ਮੈਂ ਬਲੈਕ ਕਲਰ ਲਾ ਲਿਆ, ਇੱਥੇ ਜਿੰਨਾ ਕਿ ਇਹਨੂੰ ਆਪਾਂ ਸੈੱਟ ਕਰਨਾ ਉਨਾ ਸੈੱਟ ਕਰ ਦਿਉ। ਉਸ ਤੋਂ ਬਾਅਦ ਜਿਹੜਾ ਇਹ ਹੋ ਜਾਂਦਾ, ਇੱਕ ਤਾਂ ਇਹ ਹੋ ਗਿਆ, ਉਦੋਂ ਬਾਅਦ ਆ ਗਿਆ ਅਗਲਾ ਆਪਣਾ, ਇਹਨੂੰ ਆਪਾਂ ਡਿਲੀਟ ਕਰਦੇ ਹਾਂ। ਬੈਕਗਰਾਊਂਡ ਹੀ ਫਿਰ ਲੈ ਲਿਆ ਆਪਾਂ ਮਿਊਜ਼ਿਕ, ਬੈਕਗਰਾਊਂਡ ਮਿਊਜ਼ਿਕ ਲੈ ਕੇ ਉਸ ਤੋਂ ਬਾਅਦ ਆਪਾਂ ਫਿਰ ਉੱਥੇ ਫੋਟੋ ਐਡਿਟ 'ਤੇ ਜਾਣਾਗਾ। ਫੋਟੋ ਐਡਿਟ 'ਤੇ ਜਾ ਕੇ ਇੱਥੇ ਆਪਾਂ ਚੂਜ਼ ਕਰਨੀਆਂ ਨੇ ਆਪਣੀਆਂ ਕੋਈ ਵੀ ਫੋਟੋਆਂ, ਜਿਵੇਂ ਕਿ ਇਹਨਾਂ ਵਿੱਚੋਂ ਹੀ ਲੈ ਲਓ, ਮੈਂ 4 ਫੋਟੋਆਂ ਕਰ ਰਹੀ ਹੈਗੀ, ਕੋਈ ਵੀ ਲੈ ਲਓ, ਚਲੋ 4 ਫੋਟੋਆਂ ਇਸ ਤਰ੍ਹਾਂ ਹੋ ਗਈਆਂ। ਉਹਨੂੰ ਕਲਿੱਕ ਕਰ ਲਿਆ ਆਪਾਂ, ਇੱਥੇ ਆ ਗਏ 4। ਉਸ ਤੋਂ ਬਾਅਦ ਇੱਥੇ ਆਪਾਂ ਜਿਵੇਂ ਕਿ ਇੱਥੇ ਸੈੱਟ ਕਰ ਲਓ, ਇੱਕ ਨੂੰ ਇੱਥੇ ਸੈੱਟ ਕਰ ਲਓ, ਹੈ ਨਾ, ਇੱਦਾਂ ਸੈੱਟ ਹੋ ਗਈਆਂ ਜਿਵੇਂ ਇਹ। ਉਹ ਤੁਸੀਂ ਤੁਹਾਨੂੰ ਆਪਣੇ ਆਪ ਆ ਜੂਗਾ ਹਿਸਾਬ। ਇਸ ਤਰ੍ਹਾਂ ਮੈਂ ਇਹਨੂੰ ਪੂਰੀ ਉਹ ਕਰਕੇ ਇਸ ਤਰ੍ਹਾਂ ਲਾ ਲੈਂਦੀ ਹੁੰਦੀ, 4 ਫੋਟੋਆਂ ਜਿਹੜੀਆਂ ਸੈੱਟ ਕਰਕੇ, ਜਾਣੀ ਕਿ ਵਿੱਚ ਵਿੱਚ ਇੰਨਾ ਕਾ ਰੱਖ ਲੈਣੀ, ਇੱਥੇ ਲਿਖ ਦਿੰਦੀ ਹਾਂ। ਉਸ ਤੋਂ ਬਾਅਦ ਇੱਥੇ ਸੈੱਟ ਕਰਕੇ ਇਹਨੂੰ ਇੱਥੇ ਲਿਖ ਦਿੰਦੀ, ਮੈਂ ਤੁਹਾਨੂੰ ਪਹਿਲਾਂ ਸੈੱਟ ਕਰ ਲਾਂ, ਬਾਅਦ 'ਚ ਦਿਖਾਉਂਦੀ ਹਾਂ। ਆਹ ਦੇਖੋ ਆਪਾਂ ਇੱਥੇ ਆਹ ਕਰ ਲਈਆਂ ਸੈੱਟ ਸਾਰੀਆਂ ਆਪਣੀਆਂ ਜਿਹੜੀਆਂ ਫੋਟੋਆਂ ਸੀਗੀਆਂ। ਉਸ ਤੋਂ ਬਾਅਦ ਇਹਨੂੰ ਆਪਾਂ ਓਕੇ ਕਰ ਦੇਣਾ। ਓਕੇ ਕਰਨ ਤੋਂ ਬਾਅਦ ਇੱਥੇ ਫਿਰ ਆਪਾਂ ਟੈਕਸ 'ਤੇ ਜਾਣਾਗਾ, ਆਹ ਨੀਚੇ ਦਿਖਦਾ ਉਸ ਨੂੰ, ਟੈਕਸ 'ਤੇ ਜਾ ਕੇ ਇੱਥੇ ਆਪਾਂ ਜੋ ਵੀ ਟਾਈਟਲ ਜੋ ਵੀ ਉੱਪਰ ਆਪਾਂ ਥੰਬਨੇਲ 'ਤੇ ਲਿਖਣਾ ਉਹ ਲਿਖ ਸਕਦੇ ਹਾਂ, ਇੱਥੇ ਕੁਛ ਵੀ ਲਿਖ ਸਕਦੇ ਹੋ, ਹੈ ਨਾ, ਜਿਵੇਂ ਕਿ ਮੈਂ ਪਹਿਲਾਂ ਹੀ ਬਸ ਚਲੋ ਇਸ ਨੂੰ ਓਕੇ ਕਰ ਦਿੰਦੇ ਆਪਾਂ। ਇੱਥੇ ਲਿਖਿਆ ਹੋਊਗਾ ਮੇਰਾ, ਉਹ ਲੈ ਲੈਂਦੇ ਆਪਾਂ ਕਲਿੱਪ ਬੋਰਡ ਦੇ ਵਿੱਚੋਂ ਕੁਛ ਵੀ ਜਿਹੜਾ ਲਿਖਣਾ, ਜਿਵੇਂ ਕਿ ਆਹ ਮਿਕਸੀ ਗ੍ਰੈਂਡਰ ਵਾਲਾ ਗਾ, ਇਹਨੂੰ ਓਕੇ ਕਰ ਲਿਆ। ਇੱਥੇ ਜਿਵੇਂ ਤੁਸੀਂ ਘੱਟ ਵੱਧ ਜਿੰਨਾ ਲਿਖਣਾ ਤੁਸੀਂ ਉਹ ਲਿਖ ਸਕਦੇ, ਇੱਥੋਂ ਨੂੰ ਕਰਾਂਗੇ ਤਾਂ ਇਹ ਇੱਕ ਲਾਈਨ ਦੇ ਵਿੱਚ ਆ ਜੂਗਾ। ਇਸ ਤਰ੍ਹਾਂ ਕਰਦੇ ਜਾਵਾਂਗੇ, ਇਹਨੂੰ ਇਹ ਆ ਜੂਗਾ ਇੱਕ ਲਾਈਨ ਦੇ ਵਿੱਚ ਇਸ ਤਰ੍ਹਾਂ। ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇੱਥੋਂ ਇਹਨੂੰ ਇਸ ਤਰ੍ਹਾਂ ਕਰਕੇ ਘਟਾ ਲਵਾਂਗੇ, ਛੋਟੀ ਲਾਈਨ ਆ ਜਿਹੜੀ ਆਪਾਂ ਕਰ ਲਵਾਂਗੇ ਇਸ ਤਰ੍ਹਾਂ ਕਰਕੇ। ਆਪਾਂ ਇੱਥੇ ਨੂੰ ਸੈੱਟ ਕਰਕੇ ਲਗਾ ਦੇਵਾਂਗੇ, ਆਹ ਦੇਖੋ ਇੱਥੇ ਆਪਾਂ ਸੈੱਟ ਕਰ ਲਿਆ। ਹੁਣ ਆਪਾਂ ਇੱਥੇ ਓਕੇ ਕਰ ਦੇਣਾ, ਆਹ ਲਓ ਜੀ ਆਹ ਹੋ ਗਿਆ ਓਕੇ, ਠੀਕ ਆ ਜੀ। ਇਸੇ ਤਰ੍ਹਾਂ ਹੀ ਇੱਥੇ ਤੁਸੀਂ ਲਿਖ ਕੇ ਓਕੇ ਕਰ ਸਕਦੇ ਹੋ। ਇਸ ਤਰ੍ਹਾਂ ਬਣਾਉਣੀ ਹੁੰਦੀ ਮੈਂ, ਜਿਹੜੀ 4 ਪਿੱਕ ਲੱਗ ਜਾਂਦੇ ਨੇ, ਜਿਹੜਾ ਮੇਕ ਕਲੋਜ਼ ਹੁੰਦਾ ਉਹ ਵੀ ਤੁਹਾਡੇ ਨਾਲ ਦੱਸ ਦਿੰਦੀ ਹਾਂ ਮੈਂ ਤੁਹਾਨੂੰ ਕਿਸ ਤਰ੍ਹਾਂ ਹੁੰਦਾ ਗਾ। ਹੁਣ ਲੱਗੇ ਹੋਏ ਆਪਾਂ ਆ ਮੇਕ ਕੇ ਕਲੋਜ਼, ਆਪਾਂ ਅਗਲਾ ਵੀ ਦੱਸ ਦਿੰਦੇ ਹਾਂ ਤੁਹਾਨੂੰ ਕਿਵੇਂ ਆ ਮੇਕ ਕੇ ਕਲੋਜ਼ ਹੈਗਾ। ਇੱਥੇ ਆਪਾਂ ਇਹਨੂੰ ਓਕੇ ਕਰ ਦਿੰਦੇ ਹਾਂ। ਓਕੇ ਕਰਨ ਤੋਂ ਬਾਅਦ ਇੱਥੇ ਜੋ ਵੀ ਆਪਾਂ ਨੇ ਲੈਣੀਆਂ ਨੇ ਪਿਕਸ ਆਪਣੀਆਂ, ਹੈ ਨਾ, ਉਹ ਆਪਾਂ ਲੈ ਲੈਂਦੇ ਹਾਂਗੇ ਸਾਰੀਆਂ, ਜਿਵੇਂ ਆਹ ਹੋ ਗਈ 3 ਹੋ ਗਈਆਂ, 4 ਆਹ ਹੋ ਗਈ, 5 ਹੈ ਨਾ, 6 ਲੈਣੀਆਂ ਨੇ, 4 ਲੈਣੀਆਂ, ਤੁਸੀਂ ਉਹ ਆਪਣੀ ਮਰਜ਼ੀ ਨਾਲ ਜਿੰਨੀਆਂ ਵੀ ਲੈਣੀਆਂ ਨੇ ਲੈ ਸਕਦੇ ਹੋ, ਉਹਦਾ ਕੋਈ ਉਹ ਨਹੀਂ ਹੁੰਦਾ, ਹੈ ਨਾ। ਇਹਨਾਂ 'ਚ ਮੈਂ ਕਰਦੀ, ਮੈਨੂੰ ਇਹ ਵੀ ਥੋੜ੍ਹਾ ਬਲੌਗ ਵੀ ਵੱਡਾ ਨਾ ਹੋ ਜਾਵੇ।
ਆਹ ਲੈ ਲਈ ਜਿਵੇਂ ਇੱਥੇ ਆਪਾਂ ਐਡ ਕਰਕੇ ਸੇ ਓਕੇ ਕਰਕੇ, ਉਸ ਤੋਂ ਬਾਅਦ ਇੱਥੇ ਟਾਈਮ ਲੱਗਦਾ ਹੁੰਦਾ ਕਿਉਂਕਿ ਇਹ ਫ੍ਰੀ ਦਾ ਹੀ ਆ, ਐਡ ਵਗੈਰਾ ਦੇ ਦਿੰਦੇ ਨੇ ਇਹ। ਚਲੋ ਜੇ ਆਪਾਂ ਕੱਟਤਾ, ਉਸ ਤੋਂ ਬਾਅਦ ਇੱਥੇ ਇਸ ਤਰ੍ਹਾਂ ਆ ਜੂਗਾ ਦੇਖੋ। ਉਸ ਤੋਂ ਬਾਅਦ ਆ ਨੀਚੇ ਦੇ ਆਪਸ਼ਨਾਂ ਹੁੰਦੀਆਂ ਨੇ, ਇੱਥੇ ਤੁਸੀਂ ਦੇਖ ਲਓ ਵੀ ਤੁਹਾਡਾ ਕਿੱਡਾ ਕੁ ਤੁਹਾਨੂੰ ਜਿਹੜਾ ਫਰੇਮ ਚਾਹੀਦਾ ਗਾ, ਯੂਟਿਊਬ ਦਾ ਜਿੰਨਾ ਕੁ ਹੁੰਦਾ ਉਨਾ ਕੁ ਤੁਸੀਂ ਰੱਖ ਲਓ, ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜੀ, ਹੈ ਨਾ ਸਾਰਾ। ਆਹ ਦੇਖੋ ਜੀ, ਮੈਂ ਸੇਬ ਪਿੱਕਾ ਨਹੀਂ ਹੈ, ਇੱਥੇ ਸਹੀ ਨੇ। ਆ ਦੇਖੋ, ਇੱਥੇ ਤੁਸੀਂ ਇਹਨੂੰ ਘਟਾਉਣਾ ਵਧਾਉਣਾ ਚਾਹੁੰਦੇ ਹੋ, ਥੋੜ੍ਹਾ ਜਿਹਾ ਇਹਨੂੰ ਇਸ ਤਰ੍ਹਾਂ ਕਰ ਦਿਉ, ਇਸ ਤਰ੍ਹਾਂ ਕਰ ਦਿਉ। ਆ ਲਓ ਆਪਣਾ ਥੰਬਨੇਲ ਬਣ ਗਿਆ। ਉਸ ਤੋਂ ਬਾਅਦ ਇਹਨੂੰ ਓਕੇ ਕਰੋ ਅਤੇ ਫਿਰ ਟੈਸਟ 'ਤੇ ਜਾਓ। ਇੱਥੇ ਨੀਚੇ ਆ ਕੇ ਟੈਸਟ 'ਤੇ ਇੱਥੇ ਜੋ ਵੀ ਤੁਸੀਂ ਲਿਖਣਾ ਲਿਖ ਸਕਦੇ ਹੋ, ਠੀਕ ਆ ਜੀ। ਪਰ ਆਪਾਂ ਗਰੈਂਡਰ ਦਿਖਾ ਦਿੰਦੇ ਹਾਂ, ਇਸ ਤਰ੍ਹਾਂ ਦਾ ਇਹ ਗਰੈਂਡਰ ਆ, ਬਾਕੀ ਹੈ ਬਹੁਤ ਛੋਟਾ, ਪਰ ਚੀਜ਼ ਇਹਦੇ ਵਿੱਚ ਬਹੁਤ ਜਿਹੜੇ ਖੜੇ ਮਸਾਲੇ ਜਾਂ ਕੋਈ ਆਪਾਂ ਪੇਸਟ ਬਣਾਉਣਾ ਗਾ, ਹੈ ਨਾ, ਇਸ ਤਰ੍ਹਾਂ ਬਹੁਤ ਜਿਹੜਾ ਵਧੀਆ ਹੈਗਾ ਇਹ। ਇਹਨੂੰ ਤਾਂ ਆਪਾਂ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਰਹਿ ਚੁੱਕੀ ਹਾਂ ਵੀ ਥੰਬਸ ਅਪ ਦੇ ਚੁੱਕੀ ਹੈਗੀ। ਅਤੇ ਚਲੋ ਜੀ, ਜੇ ਤੁਸੀਂ ਮੰਗਵਾਉਣਾ ਤਾਂ ਲਿੰਕ ਮੈਂ ਤੁਹਾਨੂੰ ਦੇ ਦੂੰਗੀ, ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ। ਲਓ ਜੀ, ਹੁਣ ਆਪਾਂ ਆ ਗਏ, ਮੈਂ ਆਪਾਂ ਦੱਸ ਦਿੰਦੇ ਜਿਹੜੇ ਪੋਟ ਨੇ। ਇਹ ਪੋਟ ਦੀ ਸ਼ਾਇਦ ਤੁਸੀਂ ਗੱਲ ਕਰਦੇ ਸੀਗੇ ਕੋਲ, ਇਹ ਵੀ 100 ਰੁਪਏ ਦਾ ਹੀ ਆਇਆ ਹੋਇਆ ਜੀ, ਇਹ ਵੀ 100 ਰੁਪਏ ਦਾ, ਅਤੇ ਇਹ ਵਾਲਾ ਵੀ 100 ਰੁਪਏ ਦਾ ਹੀ ਆਇਆ ਹੋਇਆ। ਜਿਹੜਾ ਇਹ ਵਾਲਾ ਗਾ, ਇਹ ਵੀ 100 ਰੁਪਏ ਦਾ ਹੀ ਆਇਆ, ਇਹਦੇ ਵੀ ਦੋ ਨੇ ਨਾਲ ਦੇ ਮੇਰੇ ਕੋਲ, ਇਹਦੇ ਕੋਲ ਨਾਲ ਦੇ ਵੀ ਦੋ ਨੇ, ਇਹ ਵਾਲਾ ਇੱਕ ਆ ਅਤੇ ਇਹ ਦੋ ਹੋ ਗਏ, ਹੈ ਨਾ ਜੀ। ਜਿਹੜਾ ਆਹ ਵਾਲਾ ਸੈਰਮਿਕ ਦਾ ਛੋਟੂ ਜਿਹਾ, ਇਹ ਵੀ 100 ਰੁਪਏ ਦਾ ਹੀ ਆਇਆ, ਜ਼ਿਆਦਾ ਕੋਸਟਲੀ ਨਹੀਂ ਹੈਗੇ, ਬਸ ਲੋ ਪ੍ਰਾਈਸ 'ਤੇ ਹੁੰਦੇ ਨੇ ਜੋ ਵੀ ਮੇਰੀਆਂ ਚੀਜ਼ਾਂ ਹੁੰਦੀਆਂ ਨੇਗੀਆਂ। ਅਤੇ ਬਾਕੀ ਜੇ ਤੁਸੀਂ ਆਹ ਭੈਣ ਪੁੱਛ ਰਹੀ ਸੀ ਇੱਕ, ਇਹ ਪਤਾ ਨਹੀਂ 200 ਦਾ ਆਇਆ ਸੀ ਜੀ, ਪਤਾ ਨਹੀਂ 100 ਰੁਪਏ ਦਾ ਆਇਆ ਸੀ, ਮੇਰੇ ਯਾਦ ਨਹੀਂ ਕਿਉਂਕਿ ਕਾਫੀ ਸਾਲ ਪਹਿਲਾਂ ਲਿਆ ਹੋਇਆ ਸੀ। ਜੇ ਤੁਸੀਂ ਬਾਏ ਕਰਨਾ ਚਾਹੁੰਦੇ ਆ ਆਪਣੇ ਪਲਾਂਟਸ ਨੂੰ ਬਸ ਹੈਲਦੀ ਰੱਖਣ ਦੇ ਲਈ, ਤਾਂ ਤੁਸੀਂ ਇਹ ਜਿਹੜੇ ਮਿੱਟੀ ਵਾਲੇ ਹੁੰਦੇ ਨੇ, ਮਿੱਟੀ ਵਾਲੇ ਬਾਏ ਕਰਿਓ, ਇਹ ਜ਼ਿਆਦਾ ਵਧੀਆ ਰਹਿੰਦੇ ਨੇ, ਇਹਦੇ ਵਿੱਚ ਜਿਹੜੀ ਪਲਾਂਟ ਨੇ ਉਹ ਵਧੀਆ ਸਰਵਾਈਵ ਕਰਦੇ ਨੇ, ਕਿਉਂਕਿ ਇਹ ਜਿਹੜੀ ਮਿੱਟੀ ਹੁੰਦੀ ਹੈ ਠੰਡੀ ਹੁੰਦੀ ਆ। ਇਹ ਜਿਹੜੇ ਬਿਗਨਰ ਦੇ ਲਈ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਪਲਾਸਟਿਕ ਥੋੜ੍ਹੀ ਜਿਹੀ ਤਪਦੀ ਆ, ਜਾਂ ਫਿਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਜੇ ਤੁਹਾਡੇ ਘਰ ਵਧੀਆ ਸ਼ੇਮੀ ਸ਼ੈਡ ਦੇ ਵਿੱਚ ਰੱਖਣਾ ਹੁੰਦੀ ਹੈ, ਮਤਲਬ ਹੈ ਵੀ ਛਾਂ ਵਗੈਰਾ, ਫਿਰ ਇਹ ਬਹੁਤ ਵਧੀਆ ਨੇਗੇ, ਹੈ ਨਾ। ਬਾਕੀ ਠੀਕ ਨੇ, ਚਲੋ ਜੀ ਆਪਣੀ ਆਪਾਂ ਕੇਅਰ ਕਰਦੇ ਤਾਂ ਵਧੀਆ ਹੀ ਨੇ, ਬਾਕੀ ਜ਼ਿਆਦਾ ਵਧੀਆ ਤਾਂ ਇਹੀ ਰਹਿੰਦੇ ਨੇ, ਸਮਿੰਟ ਦੇ ਨਾਲੋਂ ਵੀ ਸਭ ਨਾਲੋਂ ਮਿੱਟੀ ਦੇ ਵਧੀਆ ਰਹਿੰਦੇ ਨੇ, ਹੈ ਨਾ। ਠੀਕ ਆ ਜੀ, ਇਹ ਵੀ ਸਾਡਾ ਹੋ ਗਿਆ। ਕਾਫੀ ਦਿਨਾਂ ਤੋਂ ਮੈਨੂੰ ਵੀ ਐਂ ਹੋ ਜਾਂਦਾ ਸੀ ਵੀ ਤੁਸੀਂ ਕਹੋਗੇ ਵੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਹੈਗੇ। ਲਓ ਜੀ, ਘਰ ਵੀ ਬਣਾ ਸਕਦੇ ਹੋ ਜੇ ਤੁਹਾਨੂੰ ਸ਼ੌਂਕ ਆ ਗਾਰਡਨਿੰਗ ਦਾ। ਇਸ ਤਰ੍ਹਾਂ ਨਾ ਆਇਲ ਕੇਨ ਹੁੰਦੇ ਨੇ ਜਿਹੜੇ, ਉਹਨਾਂ ਨਾਲ ਵੀ ਤੁਸੀਂ ਸੋਹਣੇ ਸੋਹਣੇ ਪਲਾਂਟਰ ਬਣਾ ਸਕਦੇ ਹੋ। ਅਤੇ ਦੇਖੋ ਬਹੁਤ ਸੋਹਣੇ ਜਿਹੜੇ ਇਹਦੇ ਵਿੱਚ ਪਲਾਂਟ ਚੱਲ ਰਹੇ ਨੇ, ਸਾਰੇ ਇਹ ਕਟਿੰਗ ਤੋਂ ਲਾਏ ਹੋਏ ਨੇ ਮੇਰੇ। ਦੇਖੋ ਇਸ ਤਰ੍ਹਾਂ ਮੈਂ ਥੋੜ੍ਹਾ ਜਿਹਾ DIY ਕਰ ਲੈਂਦੀ ਹਾਂ। ਵੀਡੀਓ ਹੈਗੀ ਹੈ ਚੈਨਲ 'ਤੇ ਮੇਰੇ, ਇਹਨਾਂ ਤੁਸੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ। ਆਹ ਵੀ ਮੇਰਾ ਘਰ ਬਣਾਇਆ ਹੋਇਆ ਸੀਮੈਂਟਡ ਬੋਟ ਹੈਗਾ ਇਹ, ਇਹਦੇ ਵਿੱਚ ਸਨੇਕ ਪਲਾਂਟ ਲਗਾਇਆ ਹੋਇਆ। ਜੇ ਤੁਸੀਂ ਘਰ ਬਣਾਉਣਾ ਚਾਹੁੰਦੇ, ਬਸ ਤਾਂ ਕਰਕੇ ਮੈਂ ਤੁਹਾਡੇ ਨਾਲ ਹੀ ਵੀਡੀਓ ਸ਼ੇਅਰ ਕਰਤੀ ਵੀ ਇਸ ਤਰ੍ਹਾਂ ਵੀ ਤੁਸੀਂ ਪੋਟ ਬਣਾ ਸਕਦੇ ਹੋ। ਕਈ ਵਾਰ ਆਪਣੇ, ਹੈ ਨਾ, ਨਹੀਂ ਹੁੰਦੇ, ਹੈ ਨਾ, ਆਪਾਂ ਇੰਨਾ ਮਤਲਬ ਕਿ ਨਹੀਂ ਪੈਸੇ ਖਰਚ ਕਰ ਸਕਦੇ, ਤਾਂ ਇਸ ਤਰ੍ਹਾਂ ਵੀ ਤੁਸੀਂ ਘਰ ਦੇ ਵਿੱਚ ਪਲਾਂਟ ਲਗਾ ਕੇ ਆਪਣੇ ਘਰ ਨੂੰ ਜਿਹੜਾ ਹਰਾ ਭਰਾ ਬਣਾ ਸਕਦੇ ਹੋ। ਗਰਮੀ ਨਾ ਬਹੁਤ ਜ਼ਿਆਦਾ ਹੋਈ ਪਈ ਆ। ਚਲੋ ਜੀ, ਇਹ ਇੰਨਾ ਕੀ ਸੀਗਾ ਅੱਜ ਦਾ ਬਲੌਗ, ਕਿਉਂਕਿ ਜੇ ਇਹਦੇ ਵਿੱਚ ਮੈਂ ਕੋਈ ਹੋਰ ਵੀਡੀਓ ਐਡ ਕਰਦੀ ਤਾਂ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਬਲੌਗ, ਫਿਰ ਤੁਹਾਨੂੰ ਦੇਖਣਾ ਵੀ ਔਖਾ ਹੋ ਜਾਂਦਾ। ਅਤੇ ਕੋਈ ਨਹੀਂ ਜੀ, ਦੱਸਿਓ ਇੱਕ ਦੋ ਨਾਮ ਜਿਹੜੇ ਹੋਰ ਨੇ, ਉਹ ਮੈਂ ਲੈਣਾ ਜ਼ਰੂਰ ਸਮਝੂੰਗੀ ਅੱਜ, ਕਿਉਂਕਿ ਯਾਦ ਆ ਗਈ ਮੇਰੇ, ਜਿਵੇਂ ਕਿ ਗੋਪੀ ਸਹਾਰਨ ਬਲੌਗ, ਇੱਕ ਹੈਗੇ ਨੇ ਪਿੰਡਾਂ ਦੀ ਲਾਈਫ ਸਟਾਈਲ, ਪਿੰਡਾਂ ਦਾ ਲਾਈਫ ਸਟਾਈਲ, ਕਾਫੀ ਨੇ ਜਿਹੜੇ ਮੈਨੂੰ ਮਤਲਬ ਦੇਖਦੇ ਨੇ, ਉਹਨਾਂ ਦੇ ਵਿੱਚੋਂ ਕਾਫੀ ਜਿਹੜੇ ਇਸ ਤਰ੍ਹਾਂ ਬਲੌਗਰ ਨੇ, ਭੈਣ ਭਰਾ ਜਿਹੜੇ ਮੈਨੂੰ ਦੇਖਦੇ ਨੇ, ਹੈ ਨਾ, ਜਿਵੇਂ ਕਿ ਪੇਂਡੂ, ਪਤਾ ਨਹੀਂ ਮੇਰੇ ਨਾਮ ਨਹੀਂ ਯਾਦ ਹੀ ਯਾਰ। ਚਲੋ ਮੈਂ ਕੱਲ੍ਹ ਨੂੰ ਲੈ ਪੱਕਾ ਨਾਮ ਲਿਖ ਕੇ ਸਾਰਿਆਂ ਦੇ ਨਾਮ ਲਊਂਗੀ, ਕੱਲ੍ਹ ਨੂੰ ਨਹੀਂ ਮੈਂ ਪੱਕਾ ਵਾਅਦਾ ਨਹੀਂ ਕਰਦੀ, ਪਰ ਤੁਸੀਂ ਮੈਨੂੰ ਕਮੈਂਟ ਕਰਿਓ, ਫਿਰ ਥੋੜ੍ਹੇ ਥੋੜ੍ਹੇ ਕਰਕੇ ਦੋ ਦੋ ਚਾਰ ਚਾਰ ਕਰਕੇ ਸਾਰਿਆਂ ਦੇ ਨਾਮ ਮੈਂ ਲਊਂਗੀ, ਕਿਉਂਕਿ ਸਾਰਿਆਂ ਨੂੰ ਫਿਰ ਮੈਨੂੰ ਵੀ ਇਹ ਹੁੰਦਾ ਵੀ ਕੋਈ ਗੁੱਸੇ ਨਾ ਹੋ ਜਾਵੇ, ਸਾਰਿਆਂ ਦੇ ਮੈਂ ਨਾਮ ਲਵਾਂ, ਪਰ ਇੱਕ ਵਾਰ ਮੈਂ ਜ਼ਰੂਰ ਸਾਰਿਆਂ ਦੇ ਨਾਮ ਲੈਣਾ ਚਾਹੂੰਗੀ, ਮੈਨੂੰ ਵੀ ਵਧੀਆ ਲੱਗੂਗਾ, ਹੈ ਨਾ, ਸਾਰਿਆਂ ਦੇ ਨਾਮ ਲਊਂਗੀ ਮੈਂ। ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੀ ਆਪਣਾ ਨਾਮ, ਪਿੰਡ,
ਤੁਹਾਡੇ ਚੈਨਲ ਦਾ ਕੀ ਨਾਮ ਆ, ਕਿਉਂਕਿ ਆਈਡੀ ਤੇ ਕਈ ਵਾਰ ਕੁਝ ਹੋਰ ਹੁੰਦਾ ਤੇ ਬਲੌਗ ਜਿਹੜਾ ਨੇਮ ਹੁੰਦਾ ਉਹ ਹੋਰ ਹੁੰਦਾ ਹਨਾ। ਚਲੋ ਜੀ ਜ਼ਰੂਰ ਮੈਨੂੰ ਦੱਸਿਓ। ਤੇ ਬਾਕੀ ਅੱਜ ਦਾ ਬਲੌਗ ਇੰਨਾ ਸੀ, ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਹਨਾ, ਕਿਉਂਕਿ ਮਿਹਨਤ ਲੱਗਦੀ ਹੈ ਜੀ ਦੇਖੋ ਬਹੁਤ ਜ਼ਿਆਦਾ। ਚਲੋ ਜੀ ਫਿਰ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਸੋਹਣੇ ਜਿਹੇ ਬਲੌਗ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ। ਬਾਏ ਬਾਏ, ਟੇਕ ਕੇਅਰ।